ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਸੰਵਿਧਾਨ ਨਾਲ ਰਿਲੇਟਡ ਆਪਾਂ ਪਹਿਲਾਂ ਦੋ ਕਲਾਸ ਮੈਂ ਤੁਹਾਨੂੰ ਬਰੀਫਲੀ ਪ੍ਰੋਵਾਈਡ ਕਰਵਾ ਦਿੱਤੀ ਹੈ ਜਿਸ ਵਿੱਚ ਸੰਵਿਧਾਨ ਦਾ ਭਾਗ ਨੰਬਰ 1 ਤੇ ਭਾਗ ਨੰਬਰ 2 ਨੂੰ ਚੰਗੀ ਤਰ੍ਹਾਂ ਮੈਂ ਤੁਹਾਨੂੰ ਬਰੀਫਲੀ ਸਮਝਾ ਦਿੱਤਾ ਹੈ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਇਸ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹਨਾਂ ਵੀਡੀਓਜ਼ ਦੇ ਲਿੰਕ ਮਿਲ ਜਾਣਗੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ ਤੇ ਅੱਜ ਦੀ ਕਲਾਸ ਵਿੱਚ ਆਪਾਂ ਭਾਰਤੀ ਸੰਵਿਧਾਨ ਦੇ ਪਾਰਟ ਨੰਬਰ ਤੀਜਾ ਯਾਨੀ ਭਾਗ ਨੰਬਰ 3 ਬਾਰੇ ਡਿਸਕਸ ਕਰਾਂਗੇ ਜਿਹੜਾ ਆਪਣੇ ਭਾਰਤੀ ਸੰਵਿਧਾਨ ਵਿੱਚ ਭਾਗ ਤੀਜਾ ਹੈ ਉਹ ਆਪਾਂ ਨੂੰ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਦੱਸਦਾ ਹੈ ਮਤਲਬ ਆਪਣੇ ਬੁਨਿਆਦੀ ਅਧਿਕਾਰ ਕਿਹੜੇ ਨੇ ਦੋਸਤੋ ਫੰਡਾਮੈਂਟਲ ਰਾਈਟ ਉਹ ਹੁੰਦੇ ਆ ਜੋ ਕੋਈ ਵੀ ਸਰਕਾਰ ਜਾਂ ਕੋਈ ਵੀ ਆਦਮੀ ਆਪਣੇ ਤੋਂ ਖੋਹ ਨਹੀਂ ਸਕਦਾ ਐਗਜ਼ੈਂਪਲ ਦੇ ਤੌਰ ਤੇ ਜਿਵੇਂ ਆਪਾਂ ਉਹਨੂੰ ਬੋਲਣ ਦਾ ਅਧਿਕਾਰ ਹੈ ਕੋਈ ਵੀ ਧਰਮ ਚੂਜ਼ ਕਰਨ ਦਾ ਕੋਈ ਵੀ ਧਰਮਾਭਾਪ ਅਪਣਾ ਸਕਦੇ ਆ ਕਿਤੇ ਵੀ ਆਪਾਂ ਭਾਰਤ ਦੇ ਵਿੱਚ ਘੁੰਮ ਸਕਦੇ ਆ ਬਿਨਾਂ ਰੋਕ ਟੋਕ ਦੇ ਜਾ ਸਕਦੇ ਆ ਇਹ ਸਾਰੇ ਆਪਣੇ ਫੰਡਾਮੈਂਟਲ ਰਾਈਟ ਹੁੰਦੇ ਨੇ ਕੋਈ ਵੀ ਸਰਕਾਰ ਜਾਂ ਕੋਈ ਵੀ ਨੇਤਾ ਆਪਣੇ ਤੋਂ ਇਹ ਖੋਹ ਨਹੀਂ ਸਕਦਾ ਬਾਕੀ ਸਾਰੇ ਆਪਣੇ ਬੁਨਿਆਦੀ ਅਧਿਕਾਰਾਂ ਬਾਰੇ ਆਪਾਂ ਵੀਡੀਓ ਦੇ ਅੱਗੇ ਗੱਲ ਕਰਾਂਗੇ ਇਸ ਵਿੱਚ ਹੁਣ ਆਪਾਂ ਜਾਣ ਲੈਣਾ ਕਿ ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਨੇ ਉਹ ਕਿਹੜੇ-ਕਿਹੜੇ ਆਰਟੀਕਲ ਵਿਚ ਇਨਕਲੂਡ ਨੇ ਜਿਹੜੇ ਆਰਟੀਕਲ 12 ਤੋਂ ਲੈ ਕੇ 35 ਤੱਕ ਆਰਟੀਕਲ ਨੇ ਇੰਨਾ ਸਾਰਿਆਂ ਆਰਟੀਕਲਾਂ ਵਿੱਚ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਜ਼ਿਕਰ ਕੀਤਾ ਹੋਇਆ ਤੇ ਇਸ ਨੂੰ ਆਪਾਂ ਬਰੀਫਲੀ ਇੱਕ ਵਾਰੀ ਸਮਝ ਲੈਨੇ ਆਂ ਉਸ ਤੋਂ ਪਹਿਲਾਂ ਆਪਾਂ ਬੁਨਿਆਦੀ ਅਧਿਕਾਰਾਂ ਦੀ ਇੱਕ ਆਪਣੀ ਐਗਜ਼ਾਮਪਲ ਸਮਝੀਏ ਬੁਨਿਆਦੀ ਅਧਿਕਾਰ ਸਾਰੇ ਭਾਰਤੀ ਨਾਗਰਿਕਾਂ ਦੀ ਉਹ ਅਧਿਕਾਰ ਹਨ ਜੋ ਜੀਵਨ ਜੀਣ ਲਈ ਲਾਜ਼ਮੀ ਹਨ ਤੇ ਇਹ ਅਧਿਕਾਰ ਆਪਣੇ ਤੋਂ ਕੋਈ ਵੀ ਖੋ ਨਹੀਂ ਸਕਦਾ ਕੋਈ ਵੀ ਛੀਨ ਨਹੀਂ ਸਕਦਾ ਤੇ ਵਿਰਧੀ ਅਧਿਕਾਰਾਂ ਦਾ ਜਿਹੜਾ ਕਨਸੈਪਟ ਸੀ ਉਹ ਯੂ ایس ਐ ਸੰਵਿਧਾਨ ਤੋਂ ਲਿਆ ਗਿਆ ਸੀ ਮਤਲਬ ਆਪਣੇ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਗਿਆ ਸੀ ਦੋਸਤੋ ਪੂਰੇ ਸੰਵਿਧਾਨ ਵਿੱਚ ਆਰਟੀਕਲ 12 ਤੋਂ ਲੈ ਕੇ 35 ਤੱਕ ਦੇ ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਨੇ ਸਭ ਤੋਂ ਇੰਪੋਰਟੈਂਟ ਨੇ ਤੇ ਇਗਜ਼ਾਮ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਬਾਰੇ ਪੁੱਛਿਆ ਜ਼ਰੂਰ ਜਾਂਦਾ ਹੈ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਸੰਵਿਧਾਨ ਦੇ ਭਾਗ ਨੰਬਰ 3 ਨੂੰ ਇੱਕ ਹੋਰ ਨਾਮ ਨਾਲ ਜਾਣਦੇ ਨੇ ਜਿਸਦਾ ਨਾਮ ਮੈਗਨਾ ਕਾਰਟਾ ਵੀ ਹੈ ਤੁਸੀਂ ਇਹ ਸਮਝ ਸਕਦੇ ਹੋ ਭਾਰਤੀ ਸੰਵਿਧਾਨ ਵਿੱਚ ਭਾਗ ਨੰਬਰ 3 ਨੂੰ ਮੈਗਨਾ ਕਾਰਟਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਂ ਮੌਲਿਕ ਅਧਿਕਾਰ ਯਾਨੀ ਫੰਡਾਮੈਂਟਲ ਰਾਈਟਸ ਦਾ ਜਿਹੜੇ ਆਰਟੀਕਲਸ ਨੇ 12 ਤੋਂ ਲੈ ਕੇ 35 ਤੱਕ ਉਹਨਾਂ ਆਰਟੀਕਲਾਂ ਨੂੰ ਮੈਗਨਾ ਕਾਰਟਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਇੱਕ ਸਪੈਨਿਸ਼ ਵਰਡ ਹੈ ਜਿਸ ਦਾ ਮਤਲਬ ਮੌਲਿਕ ਅਧਿਕਾਰ ਹੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਕੁਝ ਆਪਾਂ ਮੇਨ ਪੁਆਇੰਟਾਂ ਦੀ ਗੱਲ ਕਰੀਏ ਬੁਨਾਦੇ ਅਧਿਕਾਰ ਕੁਝ ਦਿਨਾਂ ਲਈ ਅਮਰਜੈਂਸੀ ਵਿੱਚ ਮੁਅਤਲ ਕਿੱਤੇ ਜਾ ਸਕਦਾ ਕਿਸ ਦੁਆਰਾ ਕਿਤੇ ਜਾ ਸਕਦੇ ਨੇ ਇਹ ਪ੍ਰੈਜ਼ੀਡੈਂਟ ਦੁਆਰਾ ਮੁਅਤਲ ਕੀਤਾ ਜਾ ਸਕਦਾ ਹੈ ਮਤਲਬ ਜੇ ਆਪਣੇ ਇੰਡੀਆ ਵਿੱਚ ਕੋਈ ਆਪਤਕਾਲੀਨ ਯਾਨੀ ਕੋਈ ਯੁੱਧ ਛਿੜ ਗਿਆ ਇਗਜ਼ੈਂਪਲ ਦੇ ਤੌਰ ਤੇ ਜਿਵੇਂ ਹੁਣ ਇੰਡੀਆ ਤੇ ਆਪਣੇ ਚੀਨ ਵਿੱਚਕਾਰ ਤਣਾਅ جاری ਹੈ ਤਾਂ ਹੁਣ ਇੰਡੀਆ ਤੇ ਚੀਨ ਦੇ ਵਿੱਚ ਕਰਦੇ ਯੁੱਧ ਛਿੜ ਜਾਂਦਾ ਹੁਣ ਜੇ ਆਪਣੇ ਇੰਡੀਆ ਦੇ ਲੋਕ ਹੀ ਜੇ ਆਪਾਂ ਚਾਈਨਿਸ ਦਾ ਚਾਇਨਾ ਦਾ ਸਮਰਥਨ ਕਰਦੇ ਆ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਜਿਹੜੀ ਸਰਕਾਰ ਆ ਉਹ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਖੋ ਸਕਦੀ ਹੈ ਅੱਧਿਆਪਕ ਇੱਕ ਵਰਡ ਯਾਦ ਰੱਖਣਾ ਮੁਅਤਲ ਯਾਨੀ ਸਸਪੈਂਡ ਸਸਪੈਂਡ ਕਿ ਕੌਣ ਕਰ ਸਕਦਾ ਆਪਣੇ ਫੰਡਮੈਂਟਲ ਰਾਈਟਸ ਨੂੰ ਪ੍ਰੈਜ਼ੀਡੈਂਟ ਹੀ ਐਗਜ਼ਾਮ ਵਿੱਚ ਕਾਫੀ ਵਾਰ ਪੁੱਛ ਵੀ ਲਿਆ ਗਿਆ ਤੇ ਫਿਊਚਰ ਵਿੱਚ ਐਗਜ਼ਾਮ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਇਸ ਤੋਂ ਲਾਗ ਇੱਕ ਵਰਡ ਹੋਰ ਆਪਾਂ ਨੂੰ ਯਾਦ ਰੱਖਣਾ ਪ੍ਰਤੀਬੰਧ ਤਾਂ ਹਮੇਸ਼ਾ ਲਈ ਪ੍ਰਤੀਬੰਧ ਕਰ ਸਕਦਾ ਆਪਣੇ ਬੁਨਿਆਦੀ ਅਧਿਕਾਰਾਂ ਨੂੰ ਕੌਣ ਕਰ ਸਕਦਾ ਤਾਂ ਪਾਰਲੀਮੈਂਟ ਯਾਨੀ ਸਸਨ ਦੇ ਮੈਂਬਰ ਹਮੇਸ਼ਾ ਲਈ ਜਿਹੜੇ ਵੀ ਆਪਣੇ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਖਤਮ ਕਰ ਸਕਦੀ ਹੈ ਇਗਜ਼ਾਮਪਲ ਦੇ ਤੌਰ ਤੇ ਤੁਸੀਂ ਤਿੰਨ ਤਲਾਕ ਦੀ ਇੱਕ ਨਿਊਜ਼ ਨਹੀਂ ਹੋਵੇਗੀ ਜਿਸ ਵਿੱਚ ਕਾਫੀ ਇਹ ਚ ਪ੍ਰਚਲਿਤ ਰਹੀ ਸੀ ਨਿਊਜ਼ ਤੇ ਜਿਸ ਵਿੱਚ ਮੁਸਲਮਾਨਾਂ ਦਾ ਜਿਹੜਾ ਕਿ ਤਿੰਨ ਤਲਾਕ ਦਾ ਅਧਿਕਾਰ ਸੀ ਫੰਡਾਮੈਂਟਲ ਰਾਈਟ ਸੀ ਪਾਰਲੀਮੈਂਟ ਦੁਆਰਾ ਰੱਦ ਕਰ ਦਿੱਤਾ ਗਿਆ ਕਿਉਂ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਤਿੰਨ ਤਲਾਕ ਨਾਲ ਰਿਲੇਟਡ ਜਿਹੜੀ ਫੀਮੇਲਸ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੂੰ ਝੋਟ ਪਹੁੰਚਦੀ ਸੀ ਤੇ ਭਾਰਤੀ ਸੰਵਿਧਾਨ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਮਿਲੇਗਾ ਤੇ ਬਰਾਬਰ ਹੀ ਉਹਨਾਂ ਦੇ ਮੂਲ ਅਧਿਕਾਰ ਹੋਣਗੇ ਇਸ ਕਰਕੇ ਇਹ ਤਿੰਨ ਤਲਾਕ ਦਾ ਜਿਹੜਾ ਕੇਸ ਸੀ ਇਸ ਨੂੰ ਹਮੇਸ਼ਾ ਦੇ ਲਈ ਖਾਰਜ ਕਰ ਦਿੱਤਾ ਗਿਆ ਤਾਂ ਇੱਥੇ ਆਪਾਂ ਯਾਦ ਰੱਖਣਾ ਪ੍ਰਤੀਬੰਧ ਸ਼ਬਦ ਅਲੱਗ ਚੀਜ਼ ਹੈ ਤੇ ਮੁਅਤਲ ਅਲੱਗ ਚੀਜ਼ ਹੈ ਤੇ ਮੁਅਤਲ ਕੌਣ ਕਰ ਸਕਦਾ ਆਪਣੇ ਫੰਡਾਮੈਂਟਲ ਰਾਈਟ ਨੂੰ ਫੈਜ਼ੀਡੈਂਟ ਕਰ ਸਕਦਾ ਹੈ ਤੇ ਪ੍ਰਤੀਬੰਧ ਕੌਣ ਲਗਾ ਸਕਦਾ ਆਪਣੇ ਫੰਡਾਮੈਂਟਲ ਰਾਈਟਸ ਤੇ ਸਸੰਦ ਯਾਨੀ ਪਾਰਲੀਮੈਂਟ ਲਗਾ ਸਕਦੀ ਹੈ ਇਸ ਤੋਂ ਇਲਾਵਾ ਗੱਲ ਕਰੀਏ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਕੰਮ ਕੀ ਹੁੰਦਾ ਹੈ ਆਪਣੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਮਤਲਬ ਜੇ ਕੋਈ ਵੀ ਸਰਕਾਰ ਜਾਂ ਕੋਈ ਵੀ ਰਾਜਨੇਤਾ ਆਪਣੇ ਨਾਗਰਿਕ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪਾਂ ਸੁਪਰੀਮ ਕੋਰਟ ਵਿੱਚ ਅਰਜ਼ੀ ਦੇ ਕੇ ਆਪਣੇ ਬੁਨਿਆਦੀ ਅਧਿਕਾਰਾਂ ਦਾ ਬਚਾ ਕਰ ਸਕਦੇ ਆ ਹੁਣ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਲਈ ਜੇ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਜਿਸਦਾ ਪ੍ਰਾਈਸ ਸਿਰਫ 44 ਰੁਪਏ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਨ ਨਾਲ ਗੱਲ ਕਰਕੇ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰ ਸਕਦੇ ਹੋ ਕਾਫੀ ਕੈਂਡੀਡੇਟਸ ਨੇ ਇਹ ਪੀਡੀਐਫ ਫਾਈਲ ਆਲਰੇਡੀ ਬਾਏ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹ ਹੁਣ ਆਪਾਂ ਆਰਟੀਕਲ ਵਾਈਜ਼ ਚੈੱਕ ਕਰ ਲਈਏ ਆਰਟੀਕਲ 12 ਤੋਂ 35 ਤੱਕ ਕੀ ਕੁਝ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਸਭ ਤੋਂ ਪਹਿਲਾਂ ਗੱਲ ਕਰੀਏ ਆਰਟੀਕਲ 12 ਦੀ ਆਰਟੀਕਲ 12 ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਬਨੈਦੀ ਅਧਿਕਾਰ ਨੇ ਕੋਈ ਨਹੀਂ ਖੋਹ ਸਕਦਾ ਪਰ ਨਿਯੰਤਰਣ ਰੱਖਣ ਲਈ ਕਾਨੂੰਨ ਅਤੇ ਨਿਯਮ ਬਣਾ ਸਕਦੇ ਨੇ ਮਤਲਬ ਕੀ ਕਿਹਾ ਗਿਆ ਇਸ ਵਿੱਚ ਇੱਕ ਪਰਿਭਾਸ਼ਾ ਦਿੱਤੀ ਗਈ ਹੈ ਕਿ ਜਿਹੜੇ ਆਪਣੇ ਬਨੈਦੀ ਅਧਿਕਾਰ ਨੇ ਉਹਨਾਂ ਨੂੰ ਖੋਹ ਤਾਂ ਕੋਈ ਨਹੀਂ ਸਕਦਾ ਪਰ ਲੋਕਾਂ ਨੂੰ ਨਿਯੰਤਰਣ ਰੱਖਣ ਲਈ ਕਾਨੂੰਨ ਦਾ ਡਰ ਬਣਾਈ ਰੱਖਣ ਲਈ ਕੁਝ ਨਿਯਮ ਬਣਾ ਸਕਦੇ ਨੇ ਕੌਣ ਬਣਾ ਸਕਦੇ ਨੇ ਸੈਂਟਰਲ ਸਟੇਟ ਅਤੇ ਲੋਕਲ ਬੋਡੀਜ਼ ਆਫ ਗਵਰਨਮੈਂਟ ਲੋਕਾਂ ਨੂੰ ਨਿਯੰਤਰਣ ਰੱਖਣ ਲਈ ਕਾਨੂੰਨ ਜਾਂ ਨਿਯਮ ਬਣਾ ਸਕਦੇ ਨੇ ਤੇ ਆਰਟੀਕਲ 13 ਵਿੱਚ ਲਿਖਿਆ ਗਿਆ ਹੈ ਕਿ ਜਦੋਂ ਤੁਹਾਡੇ ਜਿਹੜੇ ਮੌਲਿਕ ਅਧਿਕਾਰ ਨੇ एग्जांपल ਦੇ ਤੌਰ ਤੇ ਆਪਾਂ ਨੂੰ ਬੋਲਣ ਦਾ ਅਧਿਕਾਰ ਆ ਆਪਾਂ ਕਿਤੇ ਵੀ ਕੁਝ ਵੀ ਜਾ ਕੇ ਬੋਲ ਸਕਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕਿਸੇ ਨੂੰ ਗਾਲਾਂ ਕੱਢੀਏ ਜੇ ਆਪਾਂ ਨੂੰ ਬੋਲਣ ਦਾ ਅਧਿਕਾਰ ਹੈ ਤਾਂ ਜਿਹਨੂੰ ਆਪਾਂ ਗਾਲਾਂ ਕੱਢ ਰਿਹਾ ਉਹਨੂੰ ਵੀ ਸ਼ਾਂਤੀ ਨਾਲ ਲੈਣ ਦਾ ਅਧਿਕਾਰ ਹੈ ਆਪਣੇ ਇੰਡੀਆ ਵਿੱਚ ਆਰਟੀਕਲ 13 ਵਿੱਚ ਲਿਖਿਆ ਗਿਆ ਹੈ ਕਿ ਜੇ ਤੁਹਾਡੇ ਅਧਿਕਾਰ ਡੀਗਰੋਏਸ਼ਨ ਯਾਨੀ ਅਪਮਾਨਿਤ ਕਰਨ ਵਾਲੇ ਹੁੰਦੇ ਕਿਸੇ ਨੂੰ ਆਪਾਂ ਅਮਾਨਿਤ ਕਰਦੇ ਨੇ ਤਾਂ ਉਸੇ ਟਾਈਮ ਉਸ ਨੂੰ ਵੀ ਅਧਿਕਾਰਾਂ ਤੋਂ ਵੰਜਿਤ ਕਰ ਦਿੱਤਾ ਜਾ ਸਕਦਾ ਹੁਣ ਜੇ ਆਪਾਂ ਆਪਣੇ ਮੌਲਿਕ ਅਧਿਕਾਰ ਦਾ ਗਲਤ ਯੂਜ਼ ਕਰ ਰਿਹਾ ਬੋਲਣ ਦਾ ਅਧਿਕਾਰ ਦਿੱਤਾ ਆਪਾਂ ਨੇ ਫੰਡਾਮੈਂਟਲ ਰਾਈਟਸ ਨੇ ਜੇ ਹੁਣ ਆਪਾਂ ਬੋਲ-ਬੋਲ ਕੇ ਕਿਸੇ ਨੂੰ ਮਾੜਾ ਬੋਲ ਰਹੇ ਆ ਗਾਲਾਂ ਕੱਢ ਰਹੇ ਆ ਤਾਂ ਹੁਣ ਸਾਹਮਣੇ ਵਾਲਾ ਕੀ ਕਰੇਗਾ ਪੁਲਿਸ ਕੇਸ ਕਰ ਦੇਗਾ ਉਸ ਤੋਂ ਬਾਅਦ ਆਪਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਕੁਝ ਟਾਈਮ ਜੇਲ੍ਹ ਵਿੱਚ ਰੱਖਿਆ ਜਾਵੇਗਾ ਹੁਣ ਜੇਲ੍ਹ ਵਿੱਚ ਹੁੰਦਾ ਹੈ ਕਿ ਇਹ ਸਾਰੇ ਆਪਣੇ ਫੰਡਾਮੈਂਟਲ ਰਾਈਟਸ ਖੋਹ ਲਏ ਜਾਂਦੇ ਨੇ ਕਿਤੇ ਵੀ ਆਪਾਂ ਆਪਣੀ ਮਰਜ਼ੀ ਨਾਲ ਘੁੰਮ ਨਹੀਂ ਸਕਦੇ ਕੁਝ ਵੀ ਆਪਾਂ ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦੇ ਮਰਜ਼ੀ ਨਾਲ ਖਾਪੀ ਨਹੀਂ ਸਕਦੇ ਇਸੇ ਤਰ੍ਹਾਂ ਆਰਟੀਕਲ 13 ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਣਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਸ ਦੀ ਦੁਰਵਰਤੋਂ ਨਾ ਕਰੋ ਕਿ ਦੋਸਤੋ ਉਮੀਦ ਹੈ ਤੁਹਾਨੂੰ ਇਹ ਸਾਰੀ ਗੱਲ ਸਮਝ ਆ ਰਹੀ ਹੋਵੇ ਜੇ ਸਮਝ ਆ ਰਹੀ ਹੈ ਤਾਂ ਵੀਡੀਓ ਵਿੱਚ ਜਾਸ ਲਿਖ ਕੇ ਮੈਨੂੰ ਕਮੈਂਟ ਜਰੂਰ ਕਰ ਦਿਓ ਐਂਡ ਇਸ ਤੋਂ ਲਾਗ ਅਰਟੀਕਲ 13 ਵਿੱਚ ਕੀ ਲਿਖਿਆ ਹੋਇਆ ਜੋ ਕਾਨੂੰਨ ਸੰਵਿਧਾਨ ਬਣ ਤੋਂ ਪਹਿਲਾਂ ਬਣਾਏ ਗਏ ਸੀ ਮਤਲਬ ਆਪਣਾ ਸੰਵਿਧਾਨ ਬਣਿਆ ਸੀ ਕਦੋਂ ਬਣਿਆ ਸੀ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਆਪਣਾ ਸੰਵਿਧਾਨ ਦਾ ਨਿਰਮਾਣ ਕਦੋਂ ਹੋਇਆ ਸੀ ਤਾਂ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਸ ਤੋਂ ਪਹਿਲਾਂ ਵੀ ਕੁਝ ਕਾਨੂੰਨ ਬਣੇ ਹੋਏ ਸਨ ਉਹ ਕਾਨੂੰਨ ਵੀ ਸੰਵਿਧਾਨ ਵਿੱਚ ਸਰਗਰਮ ਰਹਿਣਗੇ ਮਤਲਬ ਕਿ ਇਨਕਲੂਡ ਰਹਿਣਗੇ ਪਰ ਇਹੋ ਸਰਗਰਮ ਉਦੋਂ ਤੱਕ ਰਹਿਣਗੇ ਜਦੋਂ ਹੁਣ ਆਪਣਾ ਬਣਾਇਆ ਹੋਇਆ ਸੰਵਿਧਾਨ ਵਿੱਚ ਦੇ ਬੁਨਿਆਦੀ ਅਧਿਕਾਰ ਨੇ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦੇ ਹੁਣ ਇੱਥੇ ਇੱਕ ਵਾਰੀ ਸਮਝੋ ਇਹ ਆਪਣਾ ਸੰਵਿਧਾਨ ਬਣ ਗਿਆ ਇਹ ਸੰਵਿਧਾਨ ਤੋਂ ਪਹਿਲਾਂ ਅਸੀਂ ਜਿਹੜੇ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਨੂੰ ਆਪਾਂ ਪਰਸਨਲ ਲਾਅ ਦੇ ਨਾਲ ਨਾਲ ਜਾਂਦੇ ਸਨ ਇਸ ਵਿੱਚ ਮੁਸਲਮਾਨ ਤੇ Hindu ਲਈ ਅਲੱਗ ਅਲੱਗ ਲਾਅ ਬਣਾਏ ਗਏ ਸਨ ਤੇ ਸੰਵਿਧਾਨ ਆਰਟੀਕਲ 13 ਵਿੱਚ ਕੀ ਕਹਿ ਰਿਹਾ ਹੈ ਕਿ ਜਿਹੜੇ ਪਰਸਨਲ ਲਾਅ ਸੀ ਜਿਵੇਂ ਕਿ ਤਿੰਨ ਤਲਾਕ ਦਾ ਮਾਮਲਾ ਸੀ ਜਿਹੜਾ ਇਹ ਫੰਡਮੈਂਟਲ ਰਾਈਟ ਸੀ ਮੁਸਲਮਾਨਾਂ ਵਾਸਤੇ ਇਹ ਸੰਵਿਧਾਨ ਨੇ ਚੈੱਕ ਕੀਤਾ ਜਿਹੜਾ ਇਹ ਪਰਸਨਲ ਲਾਅ ਨੇ 3 ਤਲਾਕ ਦਾ ਲਾਅ ਹੈ ਇਹ ਮੇਰੇ ਬਣ ਤੋਂ ਪਹਿਲਾਂ ਹੋਇਆ ਇਹ ਬਣਿਆ ਹੋਇਆ ਹੈ ਤੇ ਇਸ ਵਿੱਚ ਮੇਲ ਨੇ ਜਿਹੜੇ ਮੁਸਲਿਮ ਉਹਨਾਂ ਵਾਸਤੇ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ 3 ਤਲਾਕ ਨਾਲ ਜਿਹੜੀ ਮੁਸਲਿਮ ਲੇਡੀ ਇਫੈਕਟ ਹੁੰਦੀ ਹੈ ਉਹਨਾਂ ਦੇ ਫੰਡਾਮੈਂਟਲ ਨੂੰ ਉਹਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਂ ਸੰਵਿਧਾਨ ਨੇ ਦੇਖਿਆ ਇਹ ਤੇ ਸੰਵਿਧਾਨ ਨੂੰ ਪੜਨ ਤੋਂ ਬਾਅਦ ਜਿਹੜੇ ਆਪਣੇ ਪਾਰਲੀਮੈਂਟ ਦੇ ਸਸੰਦ ਦੇ ਮੈਂਬਰ ਨੇ ਉਹਨਾਂ ਇਹ ਪਰਸਨਲ ਲਾਅ ਜਿਹੜਾ 3 ਤਲਾਕ ਦਾ ਲਾਅ ਹੈ ਇਹ ਸੰਵਿਧਾਨ ਦੇ ਅਗੇਂਸਟ ਜਾ ਰਿਹਾ ਹੈ ਫੰਡਾਮੈਂਟਲ ਰਾਈਟਸ ਵਾਈਟ ਦੇ ਅਗੇਂਸਟ ਜਾ ਰਿਹਾ ਹੈ ਤਾਂ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਕੁਝ ਮੁਸਲਿਮ ਮੌਲਵੀ ਸੀ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਤੀ ਕਿ ਜਿਹੜੇ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਤਿੰਨ ਤੋਂ ਲੱਗਦਾ ਇਸ ਦੇ ਇਸ ਨੂੰ ਸਾਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਮੌਲਵੀਆਂ ਨੂੰ ਕਿਹਾ ਕਿ ਤੁਸੀਂ YouTube ਤੇ ਮੰਨੂ ਮੋੜ ਦੀ ਕਨਸਟੀਟਿਊਸ਼ਨ ਰਿਲੇਟਡ ਕਲਾਸ ਨਹੀਂ ਦੇਖੀ ਉਸ ਕਲਾਸ ਵਿੱਚ ਮੰਨੂ ਮੋਰ ਨੇ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ ਕਿ ਉਹ ਹੈ ਕਿ ਪਰਸਨਲ ਲਾਅ ਨੂੰ ਉਦੋਂ ਤੱਕ ਰੱਦ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਨਹੀਂ ਜਾਂਦੇ ਫੰਡਾਮੈਂਟਲ ਰਾਈਟਸ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਉਸ ਤੋਂ ਬਾਅਦ ਕਿਉਂ ਉਹਨਾਂ ਮੌਲਵੀਆਂ ਨੇ ਮੰਨੂ ਮੋਰ ਦੀ ਕਲਾਸ ਦੇਖੀ ਤੇ ਉਹ ਵੀ ਸਮਝ ਗਏ ਤੇ ਜਿਹੜਾ ਇਹ ਤਿੰਨ ਤਲਾਕ ਦਾ ਜਿਹੜਾ ਕਾਨੂੰਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਆਰਟੀਕਲ 14 ਦੀ ਗੱਲ ਕਰੀਏ ਆਰਟੀਕਲ 14 ਕੀ ਕਹਿੰਦਾ ਹੈ ਕਿ ਭਾਰਤ ਵਿੱਚ ਰਹਿ ਰਹੇ ਸਾਰੇ ਨਾਗਰਿਕਾਂ ਨੂੰ ਕਾਨੂੰਨ ਵੱਲੋਂ ਬਰਾਬਰ ਨਜ਼ਰ ਨਾਲ ਦੇਖਿਆ ਜਾਵੇਗਾ ਉਹ ਚਾਹੇ ਪੀਐਮ ਹੋਵੇ ਰਾਸ਼ਟਰਪਤੀ ਹੋਵੇ ਜਾਂ ਕੋਈ ਮਨਿਸਟਰ ਹੋਵੇ ਕੋਈ ਵੀ ਹੋਵੇ ਸਭ ਤੇ ਕਾਨੂੰਨ ਦਾ ਬਰਾਬਰ ਅਧਿਕਾਰ ਹੈ ਨਾਗਰਿਕਾ ਨੂੰ ਕਾਨੂੰਨ ਦਾ ਬਰਾਬਰ ਅਧਿਕਾਰ ਦੇਣ ਦਾ ਵਰਡ ਸਭ ਤੋਂ ਪਹਿਲਾਂ ਇਕੁਐਲਟੀ ਆਫ ਲਾ ਜਿਹੜਾ ਵਰਡ ਸੀ ਇਹ ਯੂਜ਼ ਏ ਵੀ ਡਾਇਸ ਨੇ ਕੀਤਾ ਸੀ ਤੇ ਇਹ ਜਿਹੜਾ ਆਪਾਂ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਇਹ ਆਪਾਂ ਨੂੰ ਬ੍ਰਿਟਨ ਤੋਂ ਲਾਅ ਦਾ ਜਿਹੜਾ ਕਨਸੈਪਟ ਆ ਉਹ ਆਪਾਂ ਬ੍ਰਿਟਨ ਤੋਂ ਆਪਣੇ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਹੈ ਜਿਆਦਾ ਨਹੀਂ ਕੀਤਾ ਸਿਰਫ 20% ਹੈ ਜਿਹੜਾ ਆਪਾਂ ਭਾਰਤੀ ਸੰਵਿਧਾਨ ਵਿੱਚ ਬ੍ਰਿਟਨ ਤੋਂ ਇਨਕਲੂਡ ਕੀਤਾ ਹੈ ਇਸ ਤੋਂ ਬਾਅਦ ਕੀ ਹੋਇਆ ਅਮਰੀਕਾ ਨੇ ਕਿਹਾ ਕਿ ਇਹ ਜਿਹੜਾ ਕਾਨੂੰਨ ਨੂੰ ਬਰਾਬਰੀ ਦਾ ਅਧਿਕਾਰ ਹੈ ਇਹ ਜਿਹੜਾ ਫੰਡਾਮੈਂਟਲ ਰਾਈਟ ਹੈ ਇਹ ਬਿਲਕੁਲ ਹੀ ਗਲਤ ਹੈ ਹੁਣ ਤੁਸੀਂ ਤੁਸੀਂ ਵੀ ਸਮਝੋਗੇ ਇਸ ਗੱਲ ਨੂੰ ਮੰਨੋ ਮੰਨੋਗੇ ਵੀ ਕੀ ਇੱਕ ਤਾਂ 5 ਸਾਲ ਦਾ ਬੱਚਾ ਹੈ ਕੋਈ ਇੱਕ ਹੈਗਾ 20 ਸਾਲਾਂ ਦਾ ਬੱਚਾ ਹੈ ਤੇ ਹੁਣ ਇਹਨਾਂ ਨੂੰ ਬਰਾਬਰ ਆਪਾਂ ਸਜ਼ਾ ਕਿਵੇਂ ਦੇ ਸਕਦੇ ਹਾਂ ਤਾਂ ਯੂਐਸਏ ਨੇ ਇਸ ਲਾਅ ਵਿੱਚ ਸੋਧ ਕੀਤੀ ਤੇ ਦਰਸਾਇਆ ਕਿ ਜਿਹੜਾ ਕਿ ਕਾਨੂੰਨ ਨੂੰ ਬਰਾਬਰੀ ਦਾ ਅਧਿਕਾਰ ਅਲੱਗ-ਅਲੱਗ ਹੋਵੇਗਾ ਮਤਲਬ ਕਿ ਅਲੱਗ-ਅਲੱਗ ਫੀਮੇਲਸ ਲਈ ਅਲੱਗ ਹੋਵੇਗਾ ਤੇ ਮੇਲਸ ਲਈ ਅਲੱਗ ਹੋਵੇਗਾ ਇਸ ਤੋਂ ਇਲਾਵਾ ਬੱਚਿਆਂ ਲਈ ਅਲੱਗ ਹੋਵੇਗਾ ਤੇ ਤੇ ਟੀਨੇਜ ਦੇ ਲੋਕਾਂ ਲਈ ਇਹ ਕਾਨੂੰਨ ਅਲੱਗ ਹੋਣਗੇ ਇਹ ਕਾਨੂੰਨ ਅਲੱਗ ਕਿਵੇਂ ਕਰਨਗੇ ਕਲਾਸੀਫਿਕੇਸ਼ਨ ਤੇ ਡਿਫਰੈਂਸ਼ੀਏਸ਼ਨ ਦੁਆਰਾ ਇਹ ਕਾਨੂੰਨ ਉਹਨਾਂ ਤੇ ਲਾਗੂ ਕੀਤੇ ਜਾਣਗੇ ਕਲਾਸੀਫਿਕੇਸ਼ਨ ਤੇ ਡਿਫਰੈਂਸ਼ੀਏਸ਼ਨ ਕਿਉਂ ਬਣਾਇਆ ਗਿਆ ਹੈ ਭਾਰਤ ਤੁਹਾਨੂੰ ਪਤਾ ਅਲੱਗ-ਅਲੱਗ ਪਿਵਿੰਨਤਾਵਾਂ ਦਾ ਦੇਸ਼ ਹੈ ਹੈਨਾ ਤਾਂ ਉਸ ਵਿੱਚ ਇੱਕ ਨਰੋਲਤਾ ਬਣਾਈ ਰੱਖਣ ਲਈ ਮਤਲਬ ਕਿ ਈਜ਼ੀ ਤਰੀਕੇ ਨਾਲ ਚਲਾਉਣ ਲਈ ਭਾਰਤ ਨੂੰ ਡਿਫਰੈਂਸ਼ੀਏਟ ਕਰਕੇ ਹੀ ਸਜ਼ਾਵਾਂ ਦੇਣੀਆਂ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਬਿਲਕੁਲ ਹੀ ਰਾਈਟ ਇੰਡੀਆ ਨੂੰ ਰਨ ਕਰਨ ਦਾ ਤਰੀਕਾ ਹੈ ਆਰਟੀਕਲ 14 ਰੀਡ ਕਰਨ ਤੋਂ ਬਾਅਦ ਇੱਕ ਸਵਾਲ ਮੇਰੇ ਮਾਈਂਡ ਵਿੱਚ ਆ ਗਿਆ ਇੱਕ ਕੈਂਡੀਡੇਟ ਨੇ ਇੰਸਟਾਗ੍ਰam ਤੇ ਮੈਥੇ ਇੱਕ ਸਵਾਲ ਪੁੱਛਿਆ ਸੀ ਕਿ ਸਰ ਜਿਹੜਾ ਆਪਣਾ ਰਾਸ਼ਟਰਪਤੀ ਹੁੰਦਾ ਉਸ ਨੂੰ ਜਿਹੜੀ ਮੌਦੀ ਸਜ਼ਾ ਹੋ ਸਕਦੀ ਹੈ ਜਾਂ ਨਹੀਂ ਕਾਫੀ ਚੰਗਾ ਸਵਾਲ ਉਸਨੇ ਪੁੱਛਿਆ ਸੀ ਤੇ ਜਿੱਥੇ ਤੱਕ ਮੇਰਾ ਮਾਈਂਡ ਚੱਲਿਆ ਮਹਾ ਆਰਟੀਕਲ 14 ਤਾਂ ਆਪਣਾ ਹੀ ਕਹਿੰਦਾ ਕਿ ਸਾਰਿਆਂ ਨੂੰ ਕਾਨੂੰਨ ਨੂੰ ਬਰਾਬਰਤਾ ਦਾ ਅਧਿਕਾਰ ਹੈ ਤਾਂ ਹਾਂ ਪ੍ਰੈਜ਼ੀਡੈਂਟ ਨੂੰ ਵੀ ਸਜ਼ਾ ਮੌਦੀ ਹੋ ਸਕਦੀ ਹੈ ਪਰ ਉਸ ਕੈਂਡੀਡੇਟ ਨੇ ਫਿਰ ਮੈਨੂੰ ਕਿਹਾ ਤਾਂ ਆਰਟੀਕਲ 71 ਕੀ ਕਹਿੰਦਾ ਸਰ ਇਹ ਦੱਸੋ ਸਾਨੂੰ ਤਾਂ ਮੈਂ ਰੀਡ ਕੀਤਾ ਆਰਟੀਕਲ 71 ਕੀ ਕਹਿੰਦਾ ਹੈ ਕਿ ਜਿਹੜਾ ਆਪਣਾ ਰਾਸ਼ਟਰਪਤੀ ਹੈ ਪ੍ਰੈਜ਼ੀਡੈਂਟ ਹੈ ਉਹ ਸਜ਼ਾ ਮੌਤ ਦੀ ਸਜ਼ਾ ਨੂੰ ਮਤਲਬ ਕਿ ਮੁਅੱਤਲ ਕਰ ਸਕਦਾ ਹੈ ਜਾਂ ਕੈਨਸਲ ਰੋਕ ਸਕਦਾ ਹੈ ਜਾਂ ਕੈਨਸਲ ਕਰਵਾ ਸਕਦਾ ਹੈ ਤਾਂ ਫਿਰ ਉਸ ਕੈਂਡੀਡੇਟ ਨੇ ਪੁੱਛਿਆ ਮੈਥੋਂ ਕਿ ਸਰ ਤਾਂ ਫਿਰ ਉਹ ਆਪਣੀ ਸਜ਼ਾ ਵੀ ਕੈਨਸਲ ਕਰ ਸਕਦਾ ਹੈ ਆਪਣੀ ਮੌਤ ਦੀ ਸਜ਼ਾ ਨੂੰ ਵੀ ਕੈਨਸਲ ਕਰ ਸਕਦਾ ਹੈ ਬਿਲਕੁਲ ਰਾਈਟ ਆਨਸਰ ਹੈ ਉਹ ਆਪਣੀ ਮਤਲਬ ਕਿ ਜੇ ਅੱਜ ਉਸ ਨੂੰ ਸਜ਼ਾ ਸੁਣਾਈ ਜਾ ਸ਼ਾਮ ਨੂੰ ਉਹ ਆਪਣੇ ਸਿਗਨੇਚਰ ਕਰਕੇ ਕਹਿ ਸਕਦਾ ਹੈ ਕਿ ਮੈਂ ਆਪਣੀ ਸਾਰੀ ਸਜ਼ਾ ਪ੍ਰੈਜ਼ੀਡੈਂਟ 'ਤੇ ਲਿਖ ਸਕਦਾ ਹੈ ਕਿ ਮੈਂ ਆਪਣੀ ਸਾਰੀ ਸਜ਼ਾ ਮੋਦੀ ਸਜ਼ਾ ਨੂੰ ਮਾਫ ਕਰ ਸਕਦਾ ਇਹ ਗੱਲ ਬਿਲਕੁਲ ਸਹੀ ਸੀ ਤੇ ਇਹ ਆਰਟੀਕਲ 14 ਦੇ ਅਗੇਂਸਟ ਵੀ ਜਾਂਦੀ ਸੀ ਗੱਲ ਇਸ ਕਰਕੇ ਜਦੋਂ ਸੰਵਿਧਾਨ ਦਾ ਨਿਰਮਾਣ ਹੋ ਰਿਹਾ ਸੀ ਤਾਂ ਡਾਕਟਰ ਅੰਬੇਦਕਰ ਨੇ ਅਤੇ ਹੋਰ ਜਿਹੜੇ ਵੀ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੇ ਪੂਰੇ ਇਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਤੇ ਐਂਡ ਤੇ ਉਹਨਾਂ ਨੇ ਇੱਕ ਨਤੀਜਾ ਨਿਕਾਲਿਆ ਜੇ ਰਾਸ਼ਟਰਪਤੀ ਨੂੰ ਸਜ਼ਾ ਸੁਵਾਈ ਜਾਂਦੀ ਹੈ ਮੌਤ ਦੀ ਤਾਂ ਉਸ ਨੂੰ ਉਦੋਂ ਤੱਕ ਸਜ਼ਾ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹ ਰਾਸ਼ਟਰੀ ਪਦ ਤੇ ਬਿਰਾਜਮਾਨ ਹੈ ਜਿਵੇਂ ਹੀ ਉਹ ਰਾਸ਼ਟਰੀ ਪਦ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਉਹਦਾ ਕਾਰਿਆਕਾਲ ਪੂਰਾ ਹੋ ਜਾਂਦਾ ਹੈ ਤੇ ਹੋਰ ਕੋਈ ਰਾਸ਼ਟਰਪਤੀ ਬਣ ਜਾਂਦਾ ਹੈ ਤਾਂ ਉਸ ਟਾਈਮ ਜਿਹੜੇ ਵੀ ਉਸ ਦੇ ਅਗੇਂਸਟ ਕਾਰਵਾਈ ਬਣਦੀ ਆ ਉਹ ਜ਼ਰੂਰ ਕੀਤੀ ਜਾਵੇਗੀ ਤਾਂ ਦੋਸਤੋ ਕਾਫੀ ਚੰਗਾ ਸਵਾਲ ਸੀ ਤੇ ਇਸ ਤਰ੍ਹਾਂ ਦੇ ਸਵਾਲ ਪੁੱਛਿਆ ਕਰੋ ਤੁਹਾਨੂੰ ਵੀ ਇਨਫੋਰਮੇਸ਼ਨ ਮਿਲੇ ਤੇ ਮੈਨੂੰ ਵੀ ਇਨਫੋਰਮੇਸ਼ਨ ਮਿਲੇ ਇਸ ਤੋਂ ਲਾ ਬਾ ਕੁਐਸਚਨ ਇਗਜ਼ਾਮ ਵਿੱਚ ਇਹ ਬਣ ਸਕਦਾ ਹੈ ਕਿ ਕਿਹੜੇ ਆਰਟੀਕਲ ਦੇ ਅਕੋਰਡਿੰਗ ਜਿਹੜਾ ਆਪਣਾ ਪ੍ਰੈਜ਼ੀਡੈਂਟ ਆ ਉਹ ਮੋਦੀ ਸਜਾ ਨੂੰ ਮਾਫ ਕਰਵਾ ਸਕਦਾ ਹੈ ਤਾਂ ਆਰਟੀਕਲ 71 ਦੇ ਅਕੋਰਡਿੰਗ ਆਪਣਾ ਪ੍ਰੈਜ਼ੀਡੈਂਟ ਆ ਉਹ ਸਜਾ ਨੂੰ ਮਾਫ ਕਰ ਸਕਦਾ ਕਿਸੇ ਦੀ ਵੀ ਸਜਾ ਨੂੰ ਮਾਫ ਕਰ ਸਕਦਾ ਇਸ ਤੋਂ ਇਲਾਵਾ ਜਿਹੜੇ ਆਪਣੇ ਸਟੇਟ ਦੇ ਰਾਜਪਾਲ ਹੁੰਦੇ ਨੇ ਉਹ ਵੀ ਆਰਟੀਕਲ 62 ਦੇ ਅਕੋਰਡਿੰਗ ਕਿਸੇ ਦੀ ਸਜ਼ਾ ਨੂੰ ਮਾਫ ਕਰਵਾ ਸਕਦਾ ਜਾਂ ਕਟ ਕਰਵਾ ਸਕਦਾ ਹੈ ਇਹ ਗੱਲ ਇੱਕ ਵਾਰੀ ਤੁਸੀਂ ਧਿਆਨ ਵਿੱਚ ਨੋਟ ਕਰ ਲਿਓ ਆਪਣੀ ਕਾਪੀ ਤੇ ਹਣ ਦੋਸਤੋ ਆਈ ਥਿੰਕ ਇਹ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਚੁੱਕੀ ਹੈ ਤੇ ਨੈਕਸਟ ਪਾਰਟ ਆਪਾਂ ਕੱਲ ਦੀ ਕਲਾਸ ਵਿੱਚ ਆਪਾਂ ਕਵਰ ਕਰ ਲਾਂਗੇ ਐਂ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ